ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਬਹੁਤ ਬਹੁਤ ਵੈਲਕਮ ਹੈ JKM ਇੰਸਟੀਟਿਊਟ ਦੇ YouTube ਚੈਨਲ ਤੇ। ਮੇਰਾ ਨਾਮ ਹੈ ਜਸਪ੍ਰੀਤ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਦੀ ਲੈਕਚਰ ਲੜੀ। ਅੱਜ ਦੀ ਵੀਡੀਓ ਵਿੱਚ ਅਸੀਂ ਕਲਾਸ 11th ਦੀ ਪ੍ਰੀਤ ਕਥਾ ਨੂੰ ਡਿਸਕਸ ਕਰਾਂਗੇ। ਨਾਲੇ ਪ੍ਰੀਤ ਕਥਾ ਹੁੰਦੀ ਹੈ ਲਵ ਸਟੋਰੀ, ਸੋ ਅਸੀਂ ਪੰਜਾਬ ਦੀਆਂ ਕੁਝ ਫੇਮਸ ਲਵ ਸਟੋਰੀਆਂ ਕਲਾਸ 11th ਵਿੱਚ ਡਿਸਕਸ ਕਰਾਂਗੇ। ਜਿਹੜੀ ਸਭ ਤੋਂ ਪਹਿਲੀ ਪ੍ਰੀਤ ਕਥਾ ਦਿੱਤੀ ਹੋਈ ਹੈ ਉਹ ਹੈ ਹੀਰ ਰਾਂਝੇ ਦੀ। ਸਨ ਅਸੀਂ ਸਾਰਿਆਂ ਨੇ ਨਾ ਸੁਣਿਆ ਹੋਏਗਾ ਹੀਰ ਰਾਂਝੇ ਦਾ। ਅਤੇ ਇਹਨਾਂ ਦਾ ਜਿਹੜਾ ਕਿੱਸਾ ਸੀ, ਇਹ ਜੋ ਲਵ ਸਟੋਰੀ ਸੀ, ਸਭ ਤੋਂ ਪਹਿਲਾਂ ਦਾਮੋਦਰ ਨੇ ਲਿਖੀ ਸੀ, ਫਿਰ ਉਸ ਤੋਂ ਬਾਅਦ ਇਹ ਕਿੱਸਾ ਵਾਰਿਸ ਸ਼ਾਹ ਨੇ ਲਿਖਿਆ ਸੀ। ਵਾਰਿਸ ਸ਼ਾਹ ਦਾ ਕਿੱਸਾ ਹੀਰ ਰਾਂਝਾ ਬਹੁਤ ਜ਼ਿਆਦਾ ਫੇਮਸ ਹੋਇਆ ਔਰ ਪੰਜਾਬ ਵਿੱਚ ਬੱਚਿਆਂ ਨੂੰ ਸਕੂਲਾਂ 'ਤੇ, ਸਕੂਲ ਲੈਵਲ 'ਤੇ, ਪ੍ਰਾਇਮਰੀ ਲੈਵਲ 'ਤੇ ਹੀ ਇਹ ਕਿੱਸਾ ਉਹ ਪੜ੍ਹ ਲੈਂਦੇ ਸੀ। ਅਤੇ ਜੇਕਰ ਤੁਹਾਨੂੰ ਟੈਕਸਟ ਬੁੱਕ ਤੋਂ ਇਲਾਵਾ ਇਹ ਕਿੱਸਾ ਪੜ੍ਹਨਾ ਹੈ ਤਾਂ ਤੁਸੀਂ ਹੀਰ ਵਾਰਿਸ ਅਲੱਗ ਤੋਂ ਬੁੱਕ ਮਿਲਦੀ ਹੈ, ਉਹ ਲੈ ਸਕਦੇ ਹੋ। ਅਤੇ ਵਾਰਿਸ ਸ਼ਾਹ ਨੇ ਜਦ ਹੀਰ ਰਾਂਝੇ ਦਾ ਕਿੱਸਾ ਲਿਖਿਆ ਸੀ, ਉਸ 'ਚ ਇਹ ਇੱਕ ਯੂਨੀਕ ਪੁਆਇੰਟ ਸੀ ਕਿ ਉਹਨੇ ਬਹੁਤ ਜ਼ਿਆਦਾ ਡਿਟੇਲਿੰਗ ਪਾਈ ਸੀ, ਇੰਨੀ ਜ਼ਿਆਦਾ ਡਿਟੇਲਿੰਗ ਕਿ ਹੀਰ ਨੂੰ ਆਪਣੇ ਦਾਜ ਵਿੱਚ ਕਿੰਨੇ ਤਰੀਕੇ ਦੀਆਂ ਮੱਝਾਂ ਮਿਲੀਆਂ, ਗਾਵਾਂ ਮਿਲੀਆਂ, ਉਹਨਾਂ ਮੱਝਾਂ ਗਾਵਾਂ ਦੀ ਕੀ ਨਸਲ ਸੀ, ਇਹ ਵੀ ਉਹਦੇ ਕਿੱਸੇ ਵਿੱਚ ਸੀਗਾ। ਅਤੇ ਹੀਰ ਰਾਂਝੇ ਦਾ ਜਿਹੜਾ ਵਾਰਿਸ ਸ਼ਾਹ ਨੇ ਕਿੱਸਾ ਲਿਖਿਆ ਉਹ ਬਹੁਤ ਜ਼ਿਆਦਾ ਫੇਮਸ ਹੋਇਆ ਸੀ। ਬਟ ਖੈਰ, ਵਾਪਸ ਆਉਂਦੇ ਹਾਂ ਆਪਣੇ ਟੈਕਸਟ 'ਤੇ, ਠੀਕ ਹੈ। ਅਤੇ ਹੀਰ ਰਾਂਝੇ ਦਾ ਕਿੱਸਾ ਪੜ੍ਹਨਾ ਸ਼ੁਰੂ ਕਰਦੇ ਹਾਂ। ਹੁਣ ਇਹ ਜਿਹੜੀ ਹੈ ਇੱਕ ਲਵ ਸਟੋਰੀ ਹੈ ਪੰਜਾਬ ਦੀ, ਔਰ ਜਿੰਨੇ ਵੀ ਰਾਈਟਰ ਇਹਨੂੰ ਲਿਖਦੇ ਨੇ ਥੋੜ੍ਹਾ ਜਿਹਾ ਚੇਂਜ ਕਰਕੇ ਲਿਖਦੇ ਨੇ, ਕਿਉਂਕਿ ਇੱਕ ਸਟੋਰੀ ਹੈ ਉਹਨੂੰ ਮੈਂ ਲਿਖਾਂਗੀ ਆਪਣੇ ਤਰੀਕੇ ਨਾਲ ਚੇਂਜ ਕਰਕੇ ਲਿਖਾਂਗੀ, ਕੋਈ ਹੋਰ ਲਿਖੇਗਾ ਉਹਨੂੰ ਥੋੜ੍ਹਾ ਚੇਂਜ ਕਰਕੇ ਲਿਖੇਗਾ, ਐਂਡਿੰਗ ਯੂਜੁਅਲੀ ਚੇਂਜ ਹੋ ਜਾਂਦੀ ਹੈ। ਬਟ ਹੁਣ ਇਹਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ, ਠੀਕ ਹੈ। ਹੀਰ ਦਾ ਜਨਮ ਚਨਾਹ ਕਿਨਾਰੇ ਵਸਦੇ ਚੰਗ ਸਿਆਲ ਦੇ ਇੱਕ ਸਰਦਾਰ ਮਲਕ ਚੁਚਕ ਦੇ ਘਰ ਹੋਇਆ। ਦੱਸਿਆ ਜਾਂਦਾ ਹੈ ਉਸਦੀ ਸੁੰਦਰਤਾ ਅਤੇ ਚਰਚੇ ਲੋਕਾਂ ਵਿੱਚ ਹੋਣੇ ਸ਼ੁਰੂ ਹੋ ਗਏ ਸਨ। ਯਾਨੀ ਕਿ ਜਿਹੜਾ ਹੀਰ ਦਾ ਬਰਥ ਹੈ ਉਹ ਜੰਗ ਸਿਆਲ ਦੇ ਇਲਾਕੇ ਵਿੱਚ ਹੋਇਆ, ਠੀਕ ਹੈ। ਅਤੇ ਉਹ ਬਹੁਤ ਸੋਹਣੀ ਸੀ। ਇਸ ਇਲਾਕੇ ਦੇ ਇੱਕ ਪਿੰਡ ਤਖ਼ਤ ਹਜ਼ਾਰੇ ਵਿੱਚ ਮੰਜੂ ਚੌਧਰੀ ਰਹਿੰਦਾ ਸੀ, ਜਿਸ ਦੇ 8 ਪੁੱਤਰ ਵਿੱਚੋਂ ਸਭ ਤੋਂ ਛੋਟਾ ਰਾਂਝਾ ਸੀ, ਜਿਹੜੇ ਪਿਤਾ ਦੀ ਮੌਤ ਪਿੱਛੋਂ ਮਾੜੀ ਜ਼ਮੀਨ ਨੂੰ ਹਾਸਲ ਕਰਕੇ ਦੁਖੀ ਸੀ। ਹੁਣ ਇਸੇ ਪਿੰਡ ਦਾ ਇੱਕ ਹੋਰ ਬੰਦਾ ਸੀ, ਮਤਲਬ ਥੋੜ੍ਹਾ ਜਿਹਾ ਪਿੰਡ ਦਾ ਦੂਰ, ਉਸ ਪਿੰਡ ਦਾ ਨਾਮ ਸੀ ਤਖ਼ਤ ਹਜ਼ਾਰੇ। ਤੁਸੀਂ ਸੁਣਿਆ ਹੋਏਗਾ ਕਿ ਰਾਂਝੇ ਦਾ ਪਿੰਡ ਦਾ ਨਾਂ ਤਖ਼ਤ ਹਜ਼ਾਰਾ ਸੀ, ਅਤੇ ਉਹੀ ਗੱਲ ਹੈ ਕਿ ਤਖ਼ਤ ਹਜ਼ਾਰੇ ਦਾ ਜਿਹੜਾ ਇਹ ਰਾਂਝਾ ਹੈ, ਇਹ 8 ਭਰਾ ਸਨ ਅਤੇ ਸਭ ਤੋਂ ਛੋਟਾ ਜਿਹੜਾ ਰਾਂਝਾ ਸੀ। ਸੋ ਪਿਓ ਦੀ ਮੌਤ ਤੋਂ ਬਾਅਦ ਜੋ ਜ਼ਮੀਨ ਵੰਡੀ ਗਈ ਅਤੇ ਰਾਂਝੇ ਦੀ ਭਰਜਾਈਆਂ ਨੇ ਚਲਾਕੀ ਕਰਕੇ ਸਾਰੀ ਬੰਜਰ ਜ਼ਮੀਨ ਰਾਂਝੇ ਨੂੰ ਦਿੱਤੀ ਅਤੇ ਸਾਰੀ ਚੰਗੀ ਜ਼ਮੀਨ ਜਿਹੜੀ ਹੈ ਉਹ ਆਪਣੇ ਕੋਲ ਰੱਖ ਲਈ। ਮਾੜੀ ਜ਼ਮੀਨ ਨੂੰ ਹਾਸਲ ਕਰਕੇ ਦੁਖੀ ਸੀ। ਭਾਬੀਆਂ ਵੀ ਉਸਨੂੰ ਸਿਆਲਾਂ ਦੀ ਹੀਰ ਵਿਆਹ ਲਿਆਉਣ ਲਈ ਤਾਨੇ ਦਿੰਦੀਆਂ ਸਨ। ਯਾਨੀ ਉਹਦੀ ਭਾਬੀਆਂ ਜਿਹੜੀਆਂ ਨੇ ਬਿਲਕੁਲ ਵੀ ਸਪੋਰਟਿਵ ਨਹੀਂ ਸਨ, ਕਿਉਂਕਿ ਇੱਕ ਤਾਂ ਪਹਿਲੇ ਉਹਦੇ ਕੋਲ ਬੰਜਰ ਜ਼ਮੀਨ ਸੀ ਸਾਰੀ, ਉਸ ਤੋਂ ਬਾਅਦ ਉਹਨੂੰ ਤਾਨੇ ਦਿੰਦੀਆਂ ਸਨ ਕਿ ਤੂੰ ਹੈ ਕੀ, ਜੇ ਤੂੰ ਸਿਆਲਾਂ ਦੀ ਹੀਰ ਵਿਆਹ ਕੇ ਲਿਆਏ ਤਾਂ ਅਸੀਂ ਤੈਨੂੰ ਮੰਨੀਏ। ਕਿਉਂ ਸਿਆਲਾਂ ਦੀ ਹੀਰ ਕਿਉਂ? ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣੀ ਸੀ, ਉਸਦੀ ਪਾਪੂਲੈਰਿਟੀ ਬਹੁਤ ਜ਼ਿਆਦਾ ਸੀ ਅਤੇ ਹਰ ਕੋਈ ਚਾਹੁੰਦਾ ਸੀ ਉਹ ਹੀਰ ਨੂੰ ਵਿਆਹ ਸਕੇ। ਰਾਜਾ ਅਤਿਅੰਤ ਨਿਰਾਸ਼ ਹੋ ਕੇ ਪਿੰਡ ਨਿਕਲ ਪਿਆ ਅਤੇ ਚਨਾਹ ਪਾਰ ਕਰਨ ਲਈ ਕੰਢੇ ਖੜ੍ਹੀ ਇੱਕ ਬੇੜੀ ਵਿੱਚ ਚੜ੍ਹ ਗਿਆ। ਬੇੜੀ ਵਿੱਚ ਪਏ ਪਲੰਘ 'ਤੇ ਲੇਟਦਿਆਂ ਹੀ ਉਸਨੂੰ ਨੀਂਦ ਆ ਗਈ। ਹੀਰ ਨੇ ਜਦੋਂ ਕਿਸੇ ਅਜਨਬੀ ਨੂੰ ਆਪਣੇ ਪਲੰਘ 'ਤੇ ਸੁੱਤੇ ਪਏ ਦੇਖਿਆ ਤਾਂ ਉਸਨੂੰ ਆਉਂਦਿਆਂ ਹੀ ਰਾਂਝੇ ਦੀ ਛਮਕਾਂ ਮਾਰੀਆਂ ਸ਼ੁਰੂ ਕਰ ਦਿੱਤੀਆਂ। ਪਰ ਜਦੋਂ ਰਾਂਝੇ ਨੇ ਹੀਰ ਵੱਲ ਤੱਕਿਆ ਤਾਂ ਉਹਨੂੰ ਆਪਣੀ ਪਹਿਲੀ ਤੱਕਣੀ ਵਿੱਚ ਹੀ ਪਿਆਰ ਵਿੱਚ ਬਦਲ ਗਿਆ। ਹੀਰ ਨੇ ਰਾਂਝੇ ਨੂੰ ਨੇੜੇ ਰੱਖਣ ਲਈ ਆਪਣੇ ਪਿਤਾ ਕੋਲ ਮੱਝਾਂ ਦੇ ਚਾਰੂ ਵਜੋਂ ਨੌਕਰੀ ਦਿਵਾ ਦਿੱਤੀ। ਹੁਣ ਹੁੰਦਾ ਕੀ ਹੈ ਕਿ ਰਾਂਝਾ ਪਿੰਡ ਛੱਡ ਕੇ ਜਾਂਦਾ ਹੈ ਅਤੇ ਨਹਿਰ ਪਾਰ ਕਰਨ ਵਾਸਤੇ ਉਹ ਇੱਕ ਕਿਸ਼ਤੀ 'ਚ ਬੈਠ ਜਾਂਦਾ ਹੈ। ਕਿਸ਼ਤੀ 'ਚ ਪਲੰਘ ਲੱਗਿਆ ਹੁੰਦਾ ਹੈ, ਉਹ ਕਿਸ਼ਤੀ 'ਤੇ ਸੋ ਜਾਂਦਾ ਹੈ ਅਤੇ ਉਹ ਜਿਹੜਾ ਪਲੰਘ ਆਉਂਦਾ ਉਹ ਹੀਰ ਦਾ ਆਉਂਦਾ ਹੈ ਅਤੇ ਹੀਰ ਆ ਕੇ ਦੇਖਦੀ ਹੈ ਕਿ ਇੱਕ ਅਜਨਬੀ ਬੰਦਾ ਮੇਰੇ ਕਿਸ਼ਤੀ 'ਤੇ ਸੁੱਤਾ ਹੋਇਆ, ਉਹਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ। ਅਤੇ ਜਦ ਰਾਂਝਾ ਸੋ ਕੇ ਉੱਠਦਾ ਹੈ ਅਤੇ ਹੀਰ ਨਾਲ ਉਹਦਾ ਆਈ ਕੋਂਟੈਕਟ ਹੁੰਦਾ, ਉਸਨੂੰ ਅਸੀਂ ਕਹਿੰਦੇ ਹਾਂ ਲਵ ਐਟ ਫਸਟ ਸਾਈਟ ਜਾਂ ਪਹਿਲੀ ਤੱਕਣੀ ਵਿੱਚ ਉਹਨਾਂ ਨੂੰ ਪਿਆਰ ਹੋ ਜਾਂਦਾ। ਬਟ ਹੁਣ ਹੀਰ ਜਾਣਦੀ ਹੈ ਕਿ ਰਾਂਝਾ ਉਹਦੇ ਕੋਲ ਰਹੇ, ਬਟ ਰਹੇ ਕਿਵੇਂ? ਇਸ ਲਈ ਹੀਰ
ਰਾਂਝੇ ਨੂੰ ਆਪਣੇ ਪਿਓ ਕੋਲ ਨੌਕਰੀ ਦਵਾ ਦਿੰਦੀ ਹੈ ਮੱਝਾਂ ਚਾਰਨ ਦੀ। ਠੀਕ ਹੈ, ਹੌਲੀ ਹੌਲੀ ਇਹ ਪ੍ਰੇਮ ਹੋਰ ਵੱਧਦਾ ਗਿਆ। ਅੰਤ ਸਾਰੇ ਪਿੰਡ ਵਿੱਚ ਚਰਚਾ ਹੋਣ ਲੱਗ ਪਈ। ਇਸ ਦੌਰਾਨ ਹੀਰ ਦਾ ਵਿਆਹ ਰੰਗਪੁਰਾ ਖੇੜੀਆਂ ਦੇ ਸੇਂਦੇ ਨਾਲ ਕਰ ਦਿੱਤਾ ਗਿਆ। ਰਾਂਝਾ ਬਹੁਤ ਨਿਰਾਸ਼ ਹੋ ਗਿਆ, ਯਾਨੀ ਕਿ ਟਾਈਮ ਦੇ ਨਾਲ ਨਾਲ ਇਹਨਾਂ ਦਾ ਪਿਆਰ ਵੱਧਦਾ ਗਿਆ, ਬਟ ਕੁਛ ਹੋ ਨਹੀਂ ਸਕਦਾ ਸੀ ਕਿਉਂਕਿ ਹੀਰ ਦੇ ਪਿਓ ਦੀ ਨਜ਼ਰ ਵਿੱਚ ਰਾਂਝਾ ਸਿਰਫ ਇੱਕ ਮੱਝਾਂ ਚਾਰਨ ਵਾਲਾ ਗਰੀਬ ਬੰਦਾ ਹੈ। ਉਸ ਕੋਲ ਕੋਈ ਜ਼ਮੀਨ ਨਹੀਂ ਹੈ, ਕੋਈ ਜਾਇਦਾਦ ਨਹੀਂ ਹੈ, ਕੋਈ ਖਾਨਦਾਨੀ ਬੰਦਾ ਨਹੀਂ ਹੈ ਉਹ। ਇਸ ਲਈ ਹੀਰ ਦਾ ਵਿਆਹ ਜ਼ੋਰ ਜ਼ਬਰਦਸਤੀ ਨਾਲ ਕਿਸੇ ਹੋਰ ਨਾਲ ਕਰਾ ਦਿੱਤਾ ਜਾਂਦਾ ਹੈ ਅਤੇ ਰਾਂਝਾ ਵਾਪਸ ਦੁਖੀ ਹੋ ਜਾਂਦਾ ਹੈ ਕਿਉਂਕਿ ਐਕਚੁਅਲ ਵਿੱਚ ਉਹ ਕਾਫੀ ਜ਼ਿਆਦਾ ਪੈਸੇ ਵਾਲਾ ਸੀ, ਬਟ ਉਹਦੇ ਨਾਲ ਉਹਦੀ ਭਾਬੀਆਂ ਨੇ ਜੋ ਛਲ ਕਪਟ ਕੀਤਾ ਸੀ ਉਸ ਕਾਰਨ ਉਹਦੀ ਹਾਲਤ ਇਹ ਸੀ। ਰਾਂਝੇ ਨੇ ਹੀਰ ਦੇ ਸਹੁਰੇ ਪਿੰਡ ਜਾਣ ਦੀ ਵਿਉਂਤ ਬਣਾਈ। ਉਸਨੇ ਬਾਲਨਾਥ ਤੋਂ ਜੋਗ ਧਾਰਨ ਕੀਤਾ ਅਤੇ ਜੋਗੀ ਦੇ ਰੂਪ ਵਿੱਚ ਰੰਗਪੁਰਾ ਚਲਾ ਗਿਆ। ਉਹ ਬਾਲਨਾਥ ਦੇ ਡੇਰੇ ਜਾਂਦਾ, ਉੱਥੇ ਜਾ ਕੇ ਉਹ ਬਣ ਜਾਂਦਾ ਜੋਗੀ ਅਤੇ ਉਹ ਫਿਰ ਹੀਰ ਦਾ ਜਿਹੜਾ ਸਹੁਰਾ ਪਿੰਡ ਹੈ ਰੰਗਪੁਰਾ ਉੱਥੇ ਚਲਾ ਜਾਂਦਾ। ਹੀਰ ਭਾਵੇਂ ਸੋਂਦੇ ਨਾਲ ਵਿਆਹੀ ਹੋਈ ਸੀ ਪਰ ਇਹ ਵਿਆਹ ਉਸ ਹੀਰ ਦੀ ਇੱਛਾ ਦੇ ਵਿਰੁੱਧ ਸੀ। ਬੇਸ਼ੱਕ ਹੀਰ ਵਿਆਹੀ ਹੋਈ ਸੀ ਬਟ ਇਹ ਹੀਰ ਨੇ ਉਸ ਵਿਆਹ ਨੂੰ ਅਸੈਪਟ ਨਹੀਂ ਕੀਤਾ ਸੀ ਅਤੇ ਹੀਰ ਦੀ ਨਨਾਣ ਸਹੀਤੀ ਮੁਰਾਦ ਨਾਂ ਦੇ ਬਲੋਚ ਨੂੰ ਪਿਆਰ ਕਰਦੀ ਸੀ। ਹੁਣ ਹੀਰ ਦੀ ਜਿਹੜੀ ਨਨਾਣ ਹੈ ਉਹ ਵੀ ਕਿਸੇ ਹੋਰ ਨੂੰ ਪਿਆਰ ਕਰਦੀ ਸੀ, ਬਟ ਪਿਆਰ ਉਹਨਾਂ ਦਾ ਪੋਸੀਬਲ ਨਹੀਂ ਹੋ ਪਾ ਰਿਹਾ ਸੀ। ਸਹੀਤੀ ਨੇ ਭੇਤ ਜਾਣਨ ਤੋਂ ਬਾਅਦ ਹੀਰ ਸਹੇਤੀ ਰਾਹੀਂ ਰਾਂਝੇ ਨੂੰ ਮਿਲਣ ਲੱਗ ਪਈ। ਹੁਣ ਹੁੰਦਾ ਕੀ ਹੈ ਕਿ ਰਾਂਝਾ ਜਿਹੜਾ ਜੋਗੀ ਬਣ ਕੇ ਹੀਰ ਦੇ ਪਿੰਡ ਚਲਾ ਜਾਂਦਾ ਹੈ ਅਤੇ ਸਹੇਤੀ ਜਿਹੜੀ ਹੈ ਹੀਰ ਦੀ ਨਨਾਣ ਉਸਨੂੰ ਸਭ ਕੁਛ ਪਤਾ ਚੱਲ ਜਾਂਦਾ ਕਿ ਰਾਂਝਾ ਕੌਣ ਹੈ, ਉਹ ਜੋਗੀ ਨਹੀਂ ਹੈ, ਉਹ ਝੂਠਾ ਜੋਗੀ ਹੈ ਅਤੇ ਉਹ ਹੀਰ ਨੂੰ ਮਿਲਣ ਆਉਂਦਾ ਅਤੇ ਸਹੇਤੀ ਜਿਹੜੀ ਹੈ ਹੀਰ ਰਾਂਝੇ ਨੂੰ ਮਿਲਾਉਣ ਦਾ ਜਿਹੜਾ ਕੰਮ ਕਰਦੀ ਹੈ ਕਿਉਂਕਿ ਉਹਨੂੰ ਲੱਗਦਾ ਜੇਕਰ ਉਹ ਹੀਰ ਦੀ ਹੈਲਪ ਕਰੇਗੀ ਤਾਂ ਕੱਲ੍ਹ ਨੂੰ ਸਹੇਤੀ ਵੀ ਆਪਣੇ ਪ੍ਰੇਮ ਜਿਹਨੂੰ ਉਹ ਪਿਆਰ ਕਰਦੀ ਹੈ ਉਹਦੇ ਨਾਲ ਭੱਜ ਸਕਦੀ ਹੈ। ਸਹੀਤੀ ਦੀ ਮਦਦ ਨਾਲ ਹੀਰ ਅਤੇ ਰਾਂਝਾ ਰੰਗਪੁਰੇ ਤੋਂ ਭੱਜ ਗਏ। ਇਹ ਮਾਮਲਾ ਕੋਰਟ ਕਬੂਲ ਤੇ ਕਾਜੀ ਕੋਲ ਗਿਆ ਜਿਸ ਨੇ ਫੈਸਲਾ ਰਾਂਝੇ ਦੇ ਹੱਕ ਵਿੱਚ ਦੇ ਦਿੱਤਾ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਉਹ ਚੂਚਕ ਕੋਲ ਆ ਕੇ ਖੁਸ਼ੀ ਖੁਸ਼ੀ ਰਹਿਣ ਲੱਗ ਪਏ। ਹੁਣ ਹੀਰ ਰਾਂਝਾ ਭੱਜ ਜਾਂਦੇ ਨੇ, ਕੋਰਟ ਕੇਸ ਵੀ ਬਣਦਾ ਹੈ, ਬਟ ਜਿਹੜਾ ਕੋਰਟ ਦਾ ਵਕੀਲ ਹੁੰਦਾ ਉਹ ਰਾਂਝੇ ਦੇ ਫੇਵਰ ਵਿੱਚ ਗੱਲ ਜਿਹੜੀ ਹੈ ਡਿਕਲੇਅਰ ਕਰਦਾ ਅਤੇ ਫਿਰ ਹੀਰ ਰਾਂਝਾ ਇਕੱਠੇ ਰਹਿਣ ਲੱਗ ਪੈਂਦੇ ਨੇ। ਇਹ ਤੁਹਾਡੇ ਟੈਕਸਟ ਦੇ ਹਿਸਾਬ ਨਾਲ ਹੈ, ਬਟ ਕੁਛ ਟੈਕਸਟ ਇਹ ਵੀ ਕਹਿੰਦੇ ਨੇ ਕਿ ਰਸਤੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਕੁਛ ਟੈਕਸਟ ਇਹ ਵੀ ਕਹਿੰਦੇ ਨੇ ਕਿ ਉਹ ਮੱਕਾ ਮਦੀਨਾ ਚਲੇ ਜਾਂਦੇ ਨੇ ਅਤੇ ਉੱਥੇ ਜਾ ਕੇ ਰਹਿਣ ਲੱਗ ਪੈਂਦੇ ਨੇ। ਅਲੱਗ ਅਲੱਗ ਟੈਕਸਟ ਅਲੱਗ ਅਲੱਗ ਉਹ ਕਹਿੰਦੇ ਨੇ, ਬਟ ਜਿਹੜਾ ਤੁਹਾਡਾ ਸਿਲੇਬਸ ਉਹ ਕਹਿੰਦਾ ਹੈ ਕਿ ਉਸ ਤੋਂ ਬਾਅਦ ਉਹ ਇਕੱਠੇ ਕੋਲ ਰਹਿਣ ਲੱਗ ਪੈਂਦੇ ਨੇ। ਇੱਕ ਹੋਰ ਰਵਾਇਤ ਅਨੁਸਾਰ ਇਹ ਜੋੜੀ ਹੀਰ ਦੇ ਮਾਪਿਆਂ ਦੀ ਗਹਿਰੀ ਸਾਜਿਸ਼ ਦਾ ਸ਼ਿਕਾਰ ਹੋ ਗਈ। ਉਹਨਾਂ ਨੇ ਰਾਂਝੇ ਨੂੰ ਜਵਾਹ ਲੈ ਕੇ ਆਉਣ ਲਈ ਕਿਹਾ। ਹੀਰ ਦੇ ਮਾਪਿਆਂ ਨੇ ਹੀਰ ਨੂੰ ਕਿਹਾ ਕਿ ਰਾਂਝੇ ਦੇ ਕਿਸੇ ਨੇ ਮਾਰ ਦਿੱਤਾ ਹੈ। ਹੀਰ ਇਹ ਗੱਲ ਸੁਣ ਕੇ ਬੇਹੋਸ਼ ਹੋ ਗਈ। ਹੀਰ ਦੇ ਚਾਚੇ ਕਹਿੰਦੇ ਨੇ ਉਸਨੂੰ ਜ਼ਹਿਰ ਪਿਲਾ ਦਿੱਤਾ। ਉੱਪਰ ਰਾਂਝੇ ਨੇ ਹੀਰ ਦੀ ਮੌਤ ਦੀ ਖਬਰ ਸੁਣ ਕੇ ਪ੍ਰਾਣ ਤਿਆਗ ਦਿੱਤੇ। ਇੱਕ ਸਟੋਰੀ ਇਹ ਵੀ ਕਹਿੰਦੀ ਹੈ ਕਿ ਜਦ ਹੀਰ ਦੇ ਪੇਰੈਂਟਸ ਨੂੰ ਪਤਾ ਚੱਲਦਾ ਉਹਨਾਂ ਦੇ ਹੀਰ ਦੇ ਵਿਆਹ ਤੋਂ ਬਾਅਦ ਵੀ ਉਹਨਾਂ ਦਾ ਅਫੇਅਰ ਚੱਲ ਰਿਹਾ ਅਤੇ ਹੀਰ ਦੇ ਪੇਰੈਂਟਸ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਰਾਂਝਾ, ਤੂੰ ਦੁਬਾਰਾ ਬਰਾਤ ਲੈ ਕੇ ਆ, ਅਸੀਂ ਆਪਣੀ ਕੁੜੀ ਤੇਰੇ ਨਾਲ ਵਿਆਹ ਦਾਂਗੇ। ਅਤੇ ਉਹ ਜ਼ੋਰ ਜ਼ਬਰਦਸਤੀ ਨਾਲ ਹੀਰ ਨੂੰ ਜ਼ਹਿਰ ਪਿਲਾ ਦਿੰਦੇ ਨੇ ਅਤੇ ਜਦ ਇਹ ਗੱਲ ਰਾਂਝੇ ਨੂੰ ਪਤਾ ਚੱਲਦੀ ਹੈ ਉਹ ਵੀ ਆਪਣੇ ਪ੍ਰਾਣ ਉੱਥੇ ਹੀ ਤਿਆਗ ਦਿੰਦਾ ਹੈ। ਅਤੇ ਕੁਝ ਸਟੋਰੀਜ਼ ਇਹ ਵੀ ਕਹਿੰਦੀਆਂ ਨੇ ਕਿ ਦੋਨਾਂ ਦੀ ਐਂਡ ਵਿੱਚ ਡੈਥ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀਰ ਰਾਂਝਾ ਨਾਂ ਦੀ ਪ੍ਰੀਤ ਕਥਾ ਹੀਰ ਰਾਂਝਾ ਦਾ ਜੀਵਨ ਬਿਰਤਾਂਤ ਪੇਸ਼ ਕਰਦੀ ਹੈ। ਸੋ ਇਹ ਸੀਗੀ ਸਾਡੀ ਪ੍ਰੇਮ ਕਥਾ ਹੀਰ ਰਾਂਝੇ ਦੀ। ਇਸ ਵਿੱਚ ਇੰਨੀ ਜ਼ਿਆਦਾ ਡਿਟੇਲਿੰਗ ਨਹੀਂ ਦਿੱਤੀ ਹੋਈ, ਬਟ ਜੇਕਰ ਤੁਸੀਂ ਪੜ੍ਹਨ ਵਿੱਚ ਇੰਟਰਸਟਿਡ ਹੋ ਤੁਸੀਂ ਡੈਫੀਨੇਟਲੀ ਬਾਜ਼ਾਰ ਤੋਂ ਹੀਰ ਰਾਂਝਾ ਲੈ ਸਕਦੇ ਹੋ ਅਤੇ ਉਹ ਪੜ੍ਹ ਸਕਦੇ ਹੋ, ਪਰ ਜੇਕਰ ਸਿਲੇਬਸ ਤੱਕ ਹੀ ਰਹਿਣਾ ਤਾਂ ਇਹ ਹੈਗੀ ਹੈ ਸਟੋਰੀ। ਜੇਕਰ ਕੋਈ ਡਾਊਟ ਹੋਏ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਮਿਲਦੇ ਹਾਂ ਨੈਕਸਟ ਵੀਡੀਓ ਨਾਲ, ਤਦ ਤੱਕ ਲਈ ਧੰਨਵਾਦ।